ਆਪਣੇ ਗਨਮੈਨ, ਆਪਣੇ ਡਰਾਈਵਰ, ਆਪਣੇ PA, ਆਪਣੇ ਸਾਰਿਆਂ ਨੂੰ ਛੁੱਟੀ ਕੀਤੀ ਵੀ ਮੈਂ ਆਪੇ ਆਪਣਾ PA, ਮੈਂ ਆਪੇ ਆਪਣਾ ਡਰਾਈਵਰ ਹਾਂ, ਮੈਂ ਆਪੇ ਆਪਣਾ ਗਨਮੈਨ, ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕੋਈ ਬਿਮਾਰ ਹੋਵੇ। ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਘਰਾਂ ਵਿੱਚ ਬੰਦ ਹੈ ਅਤੇ ਕਰਫਿਊ ਪੰਜਾਬ ਵਿੱਚ ਵੀ ਲਾਗੂ ਹੈ। ਅਜਿਹੇ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਹਨਾਂ ਸਮੱਸਿਆਵਾਂ ਦਾ ਜਦੋਂ ਹੱਲ ਨਹੀਂ ਹੋ ਰਿਹਾ ਤਾਂ ਲੋਕ ਲੀਡਰਾਂ ਨੂੰ ਸਵਾਲ ਕਰ ਰਹੇ ਨੇ ਕਿ ਲੀਡਰ ਵੋਟਾਂ ਵੇਲੇ ਤਾਂ ਆ ਜਾਂਦੇ ਨੇ ਅਤੇ ਹੁਣ ਕਿੱਥੇ ਨੇ। ਬਹੁਤ ਸਾਰੇ ਲੀਡਰ ਘਰਾਂ ਵਿੱਚ ਬੈਠੇ ਹੋਏ ਨੇ, ਪਰ ਇੱਕ ਅਜਿਹਾ ਲੀਡਰ ਅਤੇ ਮੰਤਰੀ ਵੀ ਹੈ ਜਿਹੜਾ ਬਹੁਤ ਸਮਝਦਾਰੀ ਨਾਲ ਕੰਮ ਕਰ ਰਿਹਾ ਅਤੇ ਉਹ ਹੈ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਜੀ ਹਾਂ, ਚਰਨਜੀਤ ਸਿੰਘ ਚੰਨੀ ਨੇ ਇਨ੍ਹੀਂ ਦਿਨੀਂ ਆਪਣੇ ਸਾਰੇ ਸਟਾਫ ਨੂੰ ਛੁੱਟੀ ਕਰ ਦਿੱਤੀ ਹੈ, ਇੱਥੋਂ ਤੱਕ ਕਿ PA ਅਤੇ ਗਨਮੈਨ ਵੀ ਘਰ ਬੈਠੇ ਨੇ ਅਤੇ ਮੰਤਰੀ ਸਾਹਿਬ ਖੁਦ ਲੋਕਾਂ ਵਿੱਚ ਵਿਚਰ ਰਹੇ ਨੇ, ਉਹਨਾਂ ਦਾ ਹਾਲ ਜਾਣ ਰਹੇ ਨੇ। ਚਰਨਜੀਤ ਸਿੰਘ ਚੰਨੀ ਰੂਪਨਗਰ DC ਨਾਲ ਗੱਲਬਾਤ ਦੌਰਾਨ ਜਦੋਂ ਆਏ ਤਾਂ ਉਹ ਇਕੱਲੇ ਹੀ ਆਪਣੀ ਗੱਡੀ ਡਰਾਈਵ ਕਰਕੇ ਆਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਦੇ ਵੀ ਚਰਨਜੀਤ ਸਿੰਘ ਚੰਨੀ ਨੂੰ ਇਸ ਤਰ੍ਹਾਂ ਖੁਦ ਡਰਾਈਵ ਕਰਦੇ ਨਹੀਂ ਵੇਖਿਆ ਗਿਆ ਅਤੇ ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਜਵਾਬ ਕੀ ਮਿਲਿਆ ਤੁਹਾਨੂੰ ਸੁਣਾਉਂਦੇ ਆ। ਜੀ, ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕੋਈ ਬਿਮਾਰ ਹੋਵੇ। ਮੈਂ ਆਪਣੇ ਗਨਮੈਨ, ਆਪਣੇ ਡਰਾਈਵਰ, ਆਪਣੇ PA, ਆਪਣੇ ਸਾਰਿਆਂ ਨੂੰ ਛੁੱਟੀ ਕੀਤੀ ਵੀ ਮੈਂ ਆਪੇ ਆਪਣਾ PA, ਮੈਂ ਆਪੇ ਆਪਣਾ ਡਰਾਈਵਰ ਹਾਂ, ਮੈਂ ਆਪੇ ਆਪਣਾ ਗਨਮੈਨ ਹਾਂ। ਮੈਂ ਕਿਹਾ ਵੀ ਤੁਸੀਂ ਆਪਣਾ ਸੇਫ ਰਹੋ, ਮੇਰਾ ਤਾਂ ਡਿਊਟੀ ਬਣੀ ਹੈ, ਮੈਨੂੰ ਲੋਕਾਂ ਨੇ ਵੋਟਾਂ ਪਾਈਆਂ, ਮੇਰੀ ਜ਼ਿੰਮੇਵਾਰੀ ਹੈ। ਇਸ ਕਰਕੇ ਮੈਂ ਹਰ ਰੋਜ਼ ਆਪਣੇ ਇਲਾਕੇ ਵਿੱਚ ਜਾਂ ਜ਼ਿਲ੍ਹੇ ਵਿੱਚ ਹੀ ਰਹਿੰਦਾ। ਕੱਲ੍ਹ ਮੁੱਖ ਮੰਤਰੀ ਜੀ ਦਾ ਸੁਨੇਹਾ ਵੀ ਆਇਆ ਸੀ, ਅੱਜ ਵੀ ਅਸੀਂ ਜ਼ਿਲ੍ਹੇ ਦੇ ਵਿੱਚ ਪੂਰੀ ਡਿਸਕਸ਼ਨ ਕੀਤੀ ਹੈ। ਮੁੱਖ ਮੰਤਰੀ ਜੀ ਹਰ ਟਾਈਮ ਮੰਤਰੀਆਂ ਦੇ ਨਾਲ, DC ਦੇ ਨਾਲ, ਅਫਸਰਾਂ ਦੇ ਨਾਲ ਇਨ ਟੱਚ ਹੈ ਅਤੇ ਇਹ ਇੱਕ ਅਸੀਂ ਜੰਗ ਦੇ ਨੂੰ ਸਮਝ ਕੇ ਲੜ ਰਹੇ ਅਤੇ ਇੱਕ ਸਮਾਜ ਸੇਵੀ ਦੇ ਤੌਰ 'ਤੇ ਲੜ ਰਹੇ। ਇਹਦੇ ਵਿੱਚ ਕੋਈ ਸਰਕਾਰ ਹੈ ਜਿਹੜੀ ਆਪ ਸਾਰੀ ਸਮਾਜ ਸੇਵੀ ਬਣੀ ਹੋਈ ਹੈ ਅਤੇ ਸਾਨੂੰ ਸਾਰਿਆਂ ਨੂੰ ਜਿੰਨੇ ਇਸ ਕਮਰੇ 'ਚ ਬੈਠੇ ਸਮਾਜ ਸੇਵੀ ਦੇ ਤੌਰ 'ਤੇ ਵਿਜਣਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਇਹ ਕੋਈ ਹੋਊਗਾ ਨਹੀਂ, ਆਪਣੇ ਆਪ ਨੇ ਚਿੰਬੜ ਦੇਣਾ ਆ ਕੇ, ਬਸ ਦੂਰ ਰਹੋ ਇੱਕ ਦੂਜੇ ਦੇ ਅਤੇ ਫਿਰ ਕੋਈ ਖਤਰਾ ਨਹੀਂ। ਸੋ ਹਰ ਗੱਲ ਵਿੱਚ ਨੁਕਤਾਚੀਨੀ ਕਰਨਾ ਵੀ ਸਹੀ ਨਹੀਂ ਹੈ ਅਤੇ ਚੰਗੇ ਕੰਮ ਦੀ ਸ਼ਲਾਘਾ ਕਰਨਾ ਹਰ ਇੱਕ ਦਾ ਫਰਜ਼ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਜੋ ਇਹ ਇਨਸਾਨੀਅਤ ਨਾਤੇ ਕੀਤਾ ਜਾ ਰਿਹਾ ਉਸ ਨੂੰ ਸਲਾਮ ਕਰਨਾ ਤਾਂ ਜ਼ਰੂਰ ਬਣਦਾ ਅਤੇ ਚਰਨਜੀਤ ਸਿੰਘ ਚੰਨੀ ਕਈ ਦਿਨਾਂ ਤੋਂ ਆਪਣੇ ਇਲਾਕੇ ਵਿੱਚ ਇਸੇ ਤਰ੍ਹਾਂ ਇਕੱਲੇ ਘੁੰਮ ਰਹੇ ਨੇ ਅਤੇ ਲੋਕਾਂ ਨੂੰ ਉਹਨਾਂ ਦਾ ਇਹ ਤਰੀਕਾ ਖਾਸਾ ਪਸੰਦ ਵੀ ਆ ਰਿਹਾ। ਸੋ ਬਾਕੀ ਲੀਡਰਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਅਤੇ ਭੁੱਖ ਨਾਲ ਮਰਦੇ ਜਾ ਰਹੇ ਲੋਕਾਂ ਲਈ ਅੱਗੇ ਵੀ ਆਉਣਾ ਚਾਹੀਦਾ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।